ਸਾਡੇ ਨਾਲ ਇਸ ਵਕਤ ਮੌਜੂਦ ਨੇ ਸੀਟੀਓ ਲਾਹੌਰ ਹਮਾਦ ਆਬਿਦ ਸਰ ਤੁਹਾਨੂੰ ਸਾਡੀ ਆਵਾਜ਼ ਆ ਰਹੀ ਹੈ ਸਰ ਤੁਸੀਂ ਆਪਣੇ ਜਿਹੜਾ ਨਾ ਟ੍ਰੈਫਿਕ ਵਾਰਡਨਸ ਦੇ ਹਵਾਲੇ ਦੇ ਨਾਲ ਕਰੋਨਾ ਵਾਇਰਸ ਦੇ ਹਵਾਲੇ ਨਾਲ ਤੁਸੀਂ ਕੀ ਇਕਦਾਮਾਤ ਕੀਤੇ ਨੇ ਜ਼ਰਾ ਉਹ ਤੇ ਸ਼ੇਅਰ ਕਰੋ ਸਾਡੇ ਨਾਲ ਜੀ ਹਾਂ 24 ਤਰੀਕ ਤੋਂ 24 ਮਾਰਚ ਤੋਂ ਜਦੋਂ ਦਾ ਲਾਕਡਾਊਨ ਹੋਇਆ ਸੀ ਜੀ ਉਸ ਤੋਂ ਬਾਅਦ ਕੋਈ 150 ਦੇ ਕਰੀਬ ਪੈਕਟ ਸੀਗੀਆਂ ਜੁਆਇੰਟ ਪੈਕਟ ਪੁਲਿਸ ਦੀ ਤੇ ਲਾਅ ਇਨਫੋਰਸਮੈਂਟ ਏਜੰਸੀ ਬਾਕੀ ਫੌਜ ਹੋ ਗਈ ਤੇ ਟ੍ਰੈਫਿਕ ਪੁਲਿਸ ਦੀ ਜੀ ਉਸ ਤੋਂ ਇਲਾਵਾ ਕੋਈ 75 ਸਪੈਸ਼ਲ ਵੀ ਅਸੀਂ ਨਾਕਾਬੰਦੀ ਪੁਆਇੰਟਸ ਲਾਏ ਸੀ 144 ਦੇ ਜਿਹੜੀ ਹੈ ਅਮਲਦਾਰੀ ਉਹਦੀ ਕਾਇਮ ਰੱਖੀ ਜਾਏ ਤੇ ਹਾਲੇ ਤੱਕ ਫਿਲਹਾਲ 24 ਤਰੀਕ ਤੋਂ ਲੈ ਕੇ ਹੁਣ ਤੱਕ ਕੋਈ 1,04,000 ਦੇ ਕਰੀਬ ਅਸੀਂ ਚਲਾਨਿੰਗ ਵੀ ਕੀਤੀ ਹੈ ਜੀ ਇਹਦੀ ਡਿਫਰੈਂਟ ਕੈਟੇਗਰੀਜ਼ ਨੇ ਅਸੀਂ ਜੋ ਵੀ ਅਮਲ ਦਰਾਮਦ ਕੀਤਾ ਹੈ 144 ਦੀ ਵਾਇਲੇਸ਼ਨਸ ਨੂੰ ਰੋਕਣ ਵਾਸਤੇ ਉਹਦੇ ਵਿੱਚ 4 ਮੁਖਤਲਿਫ ਚੀਜ਼ਾਂ ਅਸੀਂ ਕਰ ਰਹੇ ਸੀ ਇੱਕ ਤੇ ਲੋਕਾਂ ਨੂੰ ਐਜੂਕੇਟ ਕਰ ਰਹੇ ਸੀ ਜੀ ਜੀ ਉਹਨਾਂ ਦੇ ਹਵਾਲੇ ਨਾਲ ਤੁਸੀਂ 144 ਦੀ ਜਿਹੜੀ ਕਾਨੂੰਨ ਬਣਾਇਆ ਗਵਰਨਮੈਂਟ ਨੇ ਉਹਦੇ ਤੇ ਅਮਲ ਦਰਾਮਦ ਕਰਾਇਆ ਜਾ ਸਕੇ ਐਜੂਕੇਸ਼ਨ ਦੇ ਨਾਲ ਨਾਲ ਜਿਹੜੇ ਪਿਲੀਅਨ ਰਾਈਡਿੰਗ ਹੈ ਜਿਵੇਂ ਡਬਲ ਸਵਾਰੀ ਤੇ ਪਾਬੰਦੀ ਸੀ ਉਹਦੇ ਉੱਤੇ ਅਸੀਂ ਅਮਲ ਦਰਾਮਦ ਕਰਾਇਆ ਤੇ ਉਹਦੇ ਨਾਲ ਨਾਲ ਜਿਹੜੀ ਗੱਡੀਆਂ ਦੇ ਉੱਤੇ 2 ਤੋਂ ਜ਼ਿਆਦਾ ਲੋਕ ਪੈਂਦੇ ਨੇ ਉਹਨਾਂ ਦੇ ਉੱਤੇ ਅਸੀਂ ਚੈੱਕ ਕੀਤਾ ਤੇ ਇੱਕ ਸਾਡੀ ਸਟ੍ਰੈਟੇਜੀ ਇਹ ਸੀ ਕਿ ਇਹਨਾਂ ਨੂੰ ਚਲਾਨ ਕੀਤਾ ਜਾਏ ਸੈਕਿੰਡ ਸੀ ਕਿ ਇਹਨਾਂ ਨੂੰ ਐਜੂਕੇਟ ਕੀਤਾ ਜਾਏ ਥਰਡਲੀ ਇਹ ਸੀਗਾ ਕਿ ਅੰਡਰਟੇਕਿੰਗਸ ਵੀ ਅਸੀਂ ਲਈਆਂ ਨੇ ਬਿਆਨੇ ਹਲਫੀ ਵੀ ਲੋਕਾਂ ਕੋਲੋਂ ਲਏ ਨੇ ਤਕਰੀਬਨ 17,000 ਤੋਂ ਜ਼ਾਇਦ ਅਸੀਂ ਬਿਆਨੇ ਹਲਫੀ ਲਏ ਨੇ ਲੋਕਾਂ ਨੂੰ ਕਿ ਤੁਸੀਂ ਦੁਬਾਰਾ ਕਾਨੂੰਨ ਦੀ ਵਾਇਲੇਸ਼ਨ ਨਹੀਂ ਕਰਨੀ 144 ਦੀ ਜਿਹੜੀ ਪ੍ਰੋਵਿਜ਼ਨਸ ਨੇ ਉਹਨਾਂ ਦੇ ਉੱਤੇ ਅਮਲ ਦਰਾਮਦ ਕਰਨਾ ਹੈ ਜੀ 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 ਇਸ ਤੋਂ ਇਲਾਵਾ ਕੋਈ 29 ਅਸੀਂ FIRs ਵੀ ਦਿੱਤੀਆਂ ਨੇ ਜਿਨ੍ਹਾਂ ਨੇ ਜ਼ਿਆਦਾ ਸਰੀ ਵਾਇਲੇਸ਼ਨਸ ਕੀਤੀਆਂ ਨੇ ਉਹਨਾਂ ਦੇ ਉੱਤੇ ਅਸੀਂ ਪਰਚੇ ਵੀ ਕੀਤੇ ਨੇ 188 ਦੇ ਵਿੱਚ ਤੇ ਉਹ ਤਕਰੀਬਨ 29 FIRs ਕੀਤੀਆਂ ਨੇ ਜੀ ਜੀ ਜਿਵੇਂ ਸਾਰੇ ਜਾਣਦੇ ਨੇ ਕਿ ਡਾਕਟਰਸ ਪਹਿਲੀ ਫਰੰਟ ਲਾਈਨ ਨੇ ਉਸ ਤੋਂ ਬਾਅਦ ਪੁਲਿਸ ਦਾ ਮਹਿਕਮਾ ਵੀ ਸ਼ੁਰੂ ਹੋ ਜਾਂਦਾ ਕਿਉਂਕਿ ਇਹਨਾਂ ਦੇ ਲੋਕ ਵੀ ਜਿਹੜੇ ਹੈਗੇ ਨੇ ਚਾਹੇ ਵਾਰਡਨ ਦੀ ਸੂਰਤ ਵਿੱਚ ਹੋਣ ਜਾਂ ਚਾਹੇ ਦੂਸਰੇ ਪੁਲਿਸ ਦੀ ਸੂਰਤ ਦੇ ਵਿੱਚ ਹੋਣ ਉਹ ਨਾਕਿਆਂ ਦੇ ਖਲੋਤੇ ਨੇ ਔਰ ਚੌਕਸ ਖਲੋਤੇ ਹੋਏ ਨੇ ਔਰ ਉਹਨਾਂ ਨੇ ਲਾਹੌਰ ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਨਿਜ਼ਾਮ ਜਿਹੜਾ ਨਾ ਭਰਪੂਰ ਰਵਾਂ ਦਵਾਂ ਰੱਖਿਆ ਹੋਇਆ ਸਰ ਇੱਕ ਬੜੀ ਨਜ਼ਰ ਆਉਂਦਾ ਹੈ ਕਿ 4 ਵਜੇ ਤੋਂ ਲੈ ਕੇ ਤੇ 5 ਵਜੇ ਤੱਕ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਔਰ ਉਸ ਵਕਤ ਜਿਹੜੇ ਨਾਕੇ ਜਿੱਥੇ ਜਿੱਥੇ ਲੱਗੇ ਹੋਏ ਨੇ ਉੱਥੇ ਬਹੁਤ ਜ਼ਿਆਦਾ ਰਸ਼ ਪੈ ਜਾਂਦਾ ਕਿਆ ਉਹ ਜਿਹੜੀ ਸਪੇਸ ਹੈਗੀ ਉਹਨੂੰ ਵਾਈਡਰ ਕਰਨ ਦੇ ਕੋਈ ਕੰਮ ਤੁਹਾਡੇ ਵੱਲੋਂ ਨਹੀਂ ਆਏ ਜੀ ਉਹਦੀ ਪ੍ਰੋਬਲਮ ਇਹ ਹੈ ਕਿ ਰਸ਼ ਡੈਫੀਨੇਟਲੀ ਰਿਹਾ ਹੈ ਜਿਸ ਤਰ੍ਹਾਂ ਲੋਕਾਂ ਨੂੰ ਲੈਵਲ ਆਫ ਕੋਆਪਰੇਸ਼ਨ ਵਿਖਾਉਣੀ ਚਾਹੀਦੀ ਸੀ ਉਸ ਤਰ੍ਹਾਂ ਉਹਨਾਂ ਨੇ ਕੋਆਪਰੇਟ ਨਹੀਂ ਕੀਤਾ ਤੇ ਉਹ ਵੀ ਅਸੀਂ ਵੇਖਦੇ ਰਹੇ ਕਿ ਲੋਕ ਵੀ ਬਾਹਰ ਨਿਕਲਦੇ ਰਹੇ ਵਿਦਆਊਟ ਐਨੀ ਰੀਜ਼ਨ ਫੈਮਲੀਜ਼ ਨੂੰ ਲੈ ਕੇ ਬੱਚਿਆਂ ਨੂੰ ਐਕਸਪੋਜ਼ ਕਰਦੇ ਰਹੇ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਵਿੱਚ ਇਹ ਹੁੰਦਾ ਰਿਹਾ ਕਿ ਨਾਲ ਨਾਲ ਤੁਸੀਂ ਵੇਖਿਆ ਕਿ ਲਾਕਡਾਊਨ ਦੇ ਵਿੱਚ ਵੀ ਕਨਸੈਸ਼ਨਸ ਦਿੱਤੀਆਂ ਜਾਂਦੀਆਂ ਰਹੀਆਂ ਜੀ ਜੀ ਮੁਖਤਲਿਫ ਇੰਡਸਟਰੀ ਨੂੰ ਫਾਰਮਾਸਿਊਟੀਕਲ ਹੈਲਥ ਇੰਡਸਟਰੀ ਉਸ ਤੋਂ ਇਲਾਵਾ ਬਾਕੀ ਵੀ ਜਿਹੜੀ ਜਿਹੜੀ ਪਿਛਲੇ ਦਿਨਾਂ ਤੁਸੀਂ ਵੇਖੀ ਹੋਏਗੀ ਜਿਹੜੀ ਐਗਜ਼ੈਂਪਸ਼ਨ ਦਿੱਤੀਆਂ ਨੇ ਉਹਦੀ ਵਜ੍ਹਾ ਨਾਲ ਵੀ ਟ੍ਰੈਫਿਕ ਜਿਹੜੀ ਹੈ ਨਾਰਮਲ ਜਿਹੜੇ ਇਨੀਸ਼ੀਅਲ ਡੇਜ਼ ਸੀ ਲਾਕਡਾਊਨ ਦੇ ਉਹਦੇ ਅੱਛੀ ਚੀਜ਼ਾਂ ਚੱਲਦੀਆਂ ਰਹੀਆਂ ਐਸ ਫਾਰ ਐਸ ਦੀ ਲਾਕਡਾਊਨ ਇਜ਼ ਕਨਸਰਨ ਲੇਕਿਨ ਉਸ ਤੋਂ ਬਾਅਦ ਤੁਸੀਂ ਵੇਖਿਆ ਕਿ ਟ੍ਰੈਫਿਕ ਡੈਫੀਨੇਟਲੀ ਵੱਧਦੀ ਰਹੀ ਤੇ ਦਿਨ ਬ ਦਿਨ ਵੱਧ ਵੀ ਰਹੀ ਹੈ ਜੀ ਜੀ ਸਰ ਮੇਰੇ ਨਾਲ ਇਸ ਵਕਤ ਜਿਹੜੇ ਮੇਰੇ ਸਾਥੀ ਕੰਪੇਨ ਨੇ ਆਸ਼ਰ ਨਦੀਮ ਉਹ ਤੁਹਾਨੂੰ ਜ਼ਰਾ ਤੁਹਾਡੇ ਕੋਲ ਸਵਾਲ ਕਰਨਾ ਚਾਹੁੰਦੇ ਨੇ ਇੱਕ ਅੱਛਾ ਸਰ ਅੱਛਾ ਸਰ ਸਵਾਲ ਇਹ ਵੇ ਕਿ ਮੈਂ ਦੇਖਣਾ ਵਾਂ ਅਸੀਂ ਹਮੇਸ਼ਾ ਪੁਲਿਸ ਦੇ ਨਾਲ ਨਾਲ ਟ੍ਰੈਫਿਕ ਪੁਲਿਸ ਨੂੰ ਵੀ ਐਪਰੀਸ਼ੀਏਟ ਕਰਦੇ ਹਾਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਵੀ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਔਰ ਬਿਲਕੁਲ ਤੁਸੀਂ ਗੱਲ ਠੀਕ ਕੀਤੀ ਜਿੱਥੇ ਵੀ ਪੁਲਿਸ ਦਾ ਨਾਂ ਕਿਹਾ ਉੱਥੇ ਤੁਹਾਡੇ ਵਾਰਡਨਸ ਵੀ ਖੜੇ ਨੇ ਤੇ ਬੜਾ ਅੱਛਾ ਲੱਗਦਾ ਤੇ ਮੈਂ ਦੇਖਿਆ ਕਿ ਉਹ ਵਾਰਡਨ ਜਿਹੜੇ ਨੇ ਉਹਨਾਂ ਨੇ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਨੇ ਤੇ ਉਹ ਪੂਰਾ ਪ੍ਰੋਟੈਕਸ਼ਨ ਗੇਅਰ ਪਾਇਆ ਹੈ ਪਰ ਟ੍ਰੈਫਿਕ ਵਾਲਿਆਂ ਨੇ ਨਹੀਂ ਪਾਇਆ ਹੁੰਦਾ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਮਾਸਕ ਤੇ ਪਾਇਆ ਮੈਂ ਦੇਖਿਆ ਉਹਨਾਂ ਨੂੰ ਮਗਰ ਉਹ ਪ੍ਰੋਟੈਕਸ਼ਨ ਜਿਹੜਾ ਗੇਅਰ ਹੈ ਉਹ ਨਹੀਂ ਪਾਇਆ ਕਿੱਟ ਜਿਹੜੀ ਹੈ ਜੀ ਜੀ ਪੀਪੀ ਅਸੀਂ ਕਾਫੀ ਪੁਆਇੰਟਸ ਤੇ ਦਿੱਤੇ ਨੇ ਲੇਕਿਨ ਕਿਉਂਕਿ ਸਾਡੇ ਟ੍ਰੈਫਿਕ ਵਾਰਡਨਸ ਤੇ ਉਹਨਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ ਜੀ ਜੀ ਤੇ ਅਗਰ ਉਹ ਮਾਸਕ ਪ੍ਰੋਪਰਲੀ ਪਾ ਲੈਣ ਤੇ ਨਾਲ ਗਲਵਸ ਵੀ ਅਸੀਂ ਯੂਜ਼ ਕਰੀਦੇ ਨੇ ਤੇ ਬਾਕੀ ਜਿਹੜੇ ਪੋਸੀਬਲ ਮਈਅਰ ਸੀ ਉਹ ਅਸੀਂ ਲਏ ਨੇ ਲਾਈਕ ਜਿਹਨੇ ਟਿਕਟਿੰਗ ਆਫਿਸਰਸ ਨੇ ਉਹਨਾਂ ਦੇ ਵਿੱਚ ਅਸੀਂ ਸੈਨੇਟਾਈਜ਼ਰਸ ਦਿੱਤੇ ਨੇ ਜੀ ਸੋਪ ਦਾ ਬੰਦੋਬਸਤ ਕੀਤਾ ਹੈ ਹੱਥ ਧੋਣ ਦਾ ਬੰਦੋਬਸਤ ਕੀਤਾ ਹੈ ਤੇ ਉਹ ਸਾਈਮਲਟੇਨੀਅਸਲੀ ਚੀਜ਼ਾਂ ਦਾ ਫਾਇਦਾ ਇਹ ਹੋਇਆ ਕਿ ਅਲਹਮਦੁਲਿਲਾ ਹਾਲੀ ਤੱਕ 33 ਵਾਰਡਨਸ ਦੇ ਵਿੱਚੋਂ ਜੀ ਸਰ ਫੁੱਲ ਆਫਿਸਰਸ ਕਿਸੇ ਦੇ ਵਿੱਚ ਵੀ ਅੱਲਾ ਦਾ ਬੜਾ ਕਰਮ ਹੋਇਆ ਜੀ ਕੋਈ ਵੀ ਕਰੋਨਾ ਪੋਜ਼ਿਟਿਵ ਸਾਡਾ ਪੇਸ਼ੈਂਟ ਨਹੀਂ ਨਿਕਲਿਆ ਸਸਪੈਕਟਸ ਕੋਈ ਆਏ ਵਿੱਚ ਉਹਨਾਂ ਦੇ ਅਸੀਂ ਟੈਸਟ ਵਗੈਰਾ ਕਰਾਏ ਤੇ ਸਾਰੇ ਨੈਗੇਟਿਵ ਆਏ ਅਲਹਮਦੁਲਿਲਾ ਅਸੀਂ ਸਟਰੋਂਗ ਜਿਹੜੇ ਕੁਝ ਸਾਡੇ ਵੀ ਦੋਸਤ ਫੜ ਲੈਂਦੇ ਨੇ ਲੇਕਿਨ ਬਾਅਦ ਚੋਂ ਛੱਡ ਦਿੰਦੇ ਨੇ ਉਹਨਾਂ ਨੂੰ ਜੀ ਜੀ ਬਿਲਕੁਲ ਤੇ ਬਸ ਮੈਂ ਇਹ ਮੇਰਾ ਕੰਸਰਨ ਬੇਸਿਕਲੀ ਸਰ ਇਹੀ ਸੀ ਕਿ
जिस तरह साड़ी फ्रंट लाइन ते दूसरे लड़न वाले लोग ने ट्रैफिक वाले भी उस तरह ही ने तुसी बिल्कुल ठीक किया। मैं अज भी ऑब्जर्व करता आ रहा सां कि ट्रैफिक वाले ग्लव्स भी नहीं सन पाए बल्कि वो एक बंदे नु शायद चलान कर रहा सी ते बस कोशिश करो अगर उन्होंने मिल सकता तो जरूर सर उन्होंने दिता जाए बस रिक्वेस्ट जी 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 वेरी काइंड ऑफ यू जी बड़ा अच्छा थोड़ा कंसर्न है असि जरूर उन्होंने भी ग्लव्स प्रोवाइड करांगे जी सर शुक्रिया सर जी सर बहुत बहुत शुक्रिया थोड़ा साडे नाल सांझ पाने लिए।